ਆਪਣੀਆਂ ਮੰਗਾਂ ਨੂੰ ਲੈ ਕੇ ਹੁਸ਼ਿਆਰਪੁਰ ਮਿੰਨੀ ਸਕੱਤਰੇਤ ਬਾਹਰ ਧਰਨੇ 'ਤੇ ਬੈਠੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਅੱਜ ਹੁਸ਼ਿਆਰਪੁਰ ਤੋਂ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਤਹਿਤ ਅੱਜ ਜਦੋਂ ਯੂਨੀਅਨ ਡਾਕਟਰ ਰਾਜ ਦੇ ਘਰ ਦਾ ਘਿਰਾਓ ਕਰਨ ਨਿਕਲੀ ਤਾਂ ਉਸ ਵਕਤ ਮਾਹੌਲ ਗਰਮਾ ਗਿਆ ਜਦੋਂ ਯੂਨੀਅਨ ਦੇ ਆਗੂ ਅਤੇ ਮੈਂਬਰ ਸੰਸਦ ਦੇ ਘਰ ਨਜ਼ਦੀਕ ਪਹੁੰਚ ਕੇ ਹਾਲਾਂਕਿ ਪੁਲਿਸ ਵੱਲੋਂ ਬੈਰੀਗੇਡਿੰਗ ਰਾਹੀਂ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰੰਤੂ ਉਹ ਕਿਸੇ ਤਰ੍ਹਾਂ ਨਾਲ ਅੱਗੇ ਵੱਧ ਨਿਕਲੇ ਅਤੇ ਜਿਵੇਂ ਡਾਕਟਰ ਰਾਜਕੁਮਾਰ ਦੇ ਘਰ ਨਜ਼ਦੀਕ ਪਹੁੰਚਣ ਲੱਗੇ ਤਾਂ ਪੁਲਿਸ ਨਾਲ ਉਹਨਾਂ ਦੀ ਧੱਕਾ ਮੁੱਕੀ ਹੋ ਗਈ, ਜਿਸ ਦੌਰਾਨ ਮਾਹੌਲ ਵੀ ਕਾਫੀ ਗਰਮਾਇਆ ਰਿਹਾ। ਮੀਡੀਆ ਨਾਲ ਗੱਲਬਾਤ ਦੌਰਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਦੇ ਮੈਂਬਰਾਂ ਵੱਲੋਂ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਕੁਝ ਸਵਾਲ ਪੁੱਛੇ ਗਏ ਸਨ ਜੋ ਕਿ ਵਿਧਾਇਕ ਸਾਹਿਬ ਨੂੰ ਪਸੰਦ ਨਹੀਂ ਆਏ ਅਤੇ ਇਸ ਦੌਰਾਨ ਵਿਧਾਇਕ ਨਾਲ ਆਏ ਕੁਝ ਸ਼ਰਾਰਤੀ ਅਨਸਰਾਂ ਨੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਮਜ਼ਦੂਰ ਯੂਨੀਅਨ ਦੇ 3 ਵਿਅਕਤੀ ਪੁਲਿਸ ਵੱਲੋਂ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ ਨੇ, ਜਿਸ ਕਾਰਨ ਉਹ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੀ ਰਿਹਾਈ ਲਈ ਧਰਨੇ 'ਤੇ ਬੈਠੇ ਹੋਏ ਨੇ। ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਆਮ ਲੋਕਾਂ ਨੂੰ ਸਵਾਲ ਪੁੱਛਣ ਦੀਆਂ ਗੱਲਾਂ ਕਹਿੰਦੇ ਹੁੰਦੇ ਸਨ ਅਤੇ ਅੱਜ ਜਦੋਂ ਲੋਕ ਇਹਨਾਂ ਦੇ ਨੁਮਾਇੰਦਿਆਂ ਨੂੰ ਸਵਾਲ ਪੁੱਛਦੇ ਨੇ ਤਾਂ ਨੁਮਾਇੰਦੇ ਸਵਾਲ ਪੁੱਛਣ ਵਾਲਿਆਂ 'ਤੇ ਮਾਮਲੇ ਦਰਜ ਕਰਵਾ ਰਹੇ ਨੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਆਪਣੇ ਇਰਾਦਿਆਂ ਤੋਂ ਭਟਕ ਚੁੱਕੀ ਹੈ ਅਤੇ ਅੱਜ ਲੋਕਾਂ ਦੇ ਨਾਲ ਰਚ ਕੇ ਇਹਨਾਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਮੈਂ ਕਿਰਤਿਕ ਸਾਂਝ ਦਾ ਸੂਬਾ ਕਮੇਟੀ ਮੈਂਬਰ ਹਾਂ, ਸੰਯੁਕਤ ਮੋਰਚੇ ਦੇ ਅਸੀਂ ਮੈਂਬਰ ਹਾਂ ਜੀ। ਅੱਜ ਜਿਹੜਾ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪਿਛਲੇ ਮਹੀਨੇ ਦੀ 20 ਤਰੀਕ ਤੋਂ 3 ਮਜ਼ਦੂਰ ਸਾਥੀਆਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਡੱਕਿਆ ਆ, ਇਸ ਕਰਕੇ ਡੱਕਿਆ ਆ ਕਿ ਉਹਨਾਂ ਨੇ ਸਵਾਲ ਕੀਤੇ ਆਮ ਆਦਮੀ ਪਾਰਟੀ ਨੂੰ, ਕਿਉਂਕਿ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਸੀਗਾ ਵੀ ਇਹਨਾਂ ਨੂੰ ਪਿੰਡਾਂ 'ਚ ਆਇਆਂ ਨੂੰ ਭਾਜਪਾ ਨੂੰ ਅਸੀਂ ਵੰਡ ਨਹੀਂ ਦੇਣਾ, ਉਹਨੂੰ ਪਿੰਡਾਂ 'ਚ ਉਹਨੂੰ ਮਤਲਬ ਉਹਦਾ ਵਿਰੋਧ ਕਰਨਾ ਆ, ਉਹਨੂੰ ਕੋਈ ਸਵਾਲ ਨਹੀਂ ਕਰਨਾ, ਉਹਨੂੰ ਵਿਰੋਧ ਕਰਨਾ ਆ, ਪਰ ਬਾਕੀ ਪਾਰਟੀਆਂ ਨੂੰ ਅਸੀਂ ਵਿਰੋਧ ਕਰਨਾ ਸਵਾਲ ਕਰਨੇ ਆ। ਇਸੇ ਤਹਿਤ ਮਜ਼ਦੂਰ ਜਥੇਬੰਦੀ ਦੇ ਆਗੂਆਂ ਨੇ ਟਾਹਲੀ ਪਿੰਡ ਦੇ ਵਿੱਚ ਭੋਗਪੁਰ ਦੇ ਵਿੱਚ ਰਾਜਾ MLA ਜਿਹੜਾ ਉਹ ਉੱਥੇ ਅਨਾਊਂਸਮੈਂਟ ਕਰਕੇ ਗੁਰਦੁਆਰੇ ਦੇ ਵਿੱਚ ਆਉਂਦਾ, ਗੁਰਦੁਆਰੇ ਦੇ ਵਿੱਚ ਮਜ਼ਦੂਰ ਆਗੂਆਂ ਨੇ ਸਵਾਲ ਕੀਤੇ ਕਿ ਜਿਹੜਾ ਤੁਸੀਂ ਚਿੱਟਾ ਗਿਆ ਸੀ 4 ਹਫ਼ਤੇ ਦੇ ਵਿੱਚ ਬੰਦ ਕਰ ਦੇਣਾ, ਉਹ ਅੱਜ ਤੇ ਕਿਉਂ ਨਹੀਂ ਹੋਇਆ? ਤੁਸੀਂ ਕਿਹਾ ਸੀ ਵੀ ਸਾਨੂੰ ਮਤਲਬ ਜਿਹੜਾ ਅਸੀਂ ਮਤਲਬ ਤੁਹਾਡੇ ਜਿਹੜੇ ਲਾਲ ਲੀਕ ਦੇ ਵਿੱਚ ਅੰਦਰ ਮਕਾਨ ਆ ਉਹਨਾਂ ਦੇ ਮਾਲਕੀ ਹੱਕ ਦੇਵਾਂਗੇ, ਤੁਸੀਂ ਕਿਉਂ ਨਹੀਂ ਦਿੱਤੇ? ਤੁਸੀਂ 1000-1000 ਰੁਪਇਆ ਔਰਤਾਂ ਨੂੰ ਪੈਨਸ਼ਨ ਕਿਹਾ ਸੀ, ਤੁਸੀਂ ਕਿਉਂ ਨਹੀਂ ਦਿੱਤੀ? ਇਹ ਸਵਾਲ ਕਰਦਿਆਂ ਨੂੰ, ਕਿਉਂਕਿ ਇੰਨੇ ਨੂੰ ਜਿਹੜੇ ਇਹਦੇ MLA ਦੇ ਨਾਲ ਗੁੰਡੇ ਹੁੰਦੇ ਆ, ਕਿਉਂਕਿ ਇਹ ਗੁੰਡੇ ਨਾਲ ਲੈ ਕੇ ਜਾਂਦੇ ਆ, ਉਹ ਉਹਨਾਂ ਮੁੰਡਿਆਂ ਦੇ ਨਾਲ ਔਲਝ ਪੈ, ਹੱਥੋਂ ਪਾਈ ਹੋ ਪੈ, ਜਿਹਦੇ ਵਿੱਚ ਕਰਕੇ ਇਸ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਉੱਤੇ ਵੀ ਸਾਡਾ ਸਿਆਸੀ ਦਖਲਦਾਜ਼ੀ ਕੀਤੀ ਆ। ਅਸੀਂ ਤਾਂ ਮਤਲਬ ਬਹੁਤ ਵੱਡੇ ਐਲਾਨ ਕਰਨ ਗਏ ਸੀ ਜਿਹਦੇ ਵਿੱਚ ਇਹਨਾਂ ਨੇ ਜਿਹੜਾ ਉਹ ਸਾਡੇ ਕੰਮ ਦੇ ਵਿੱਚ ਵਿਘਨ ਪਾਇਆ, ਉਹਨਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਪਿਛਲੀ 20 ਤਰੀਕ ਤੋਂ ਜੇਲ੍ਹ ਦੇ ਵਿੱਚ ਸੁੱਟਿਆ। ਇਹ ਹੀ ਸੀਗਾ ਜੀ, ਕਿਉਂਕਿ ਇਹ MP ਖੜੇ ਸੀ, ਇਹਨਾਂ ਨੂੰ ਪਿੰਡਾਂ ਦੇ ਵਿੱਚ ਸਵਾਲ ਕਰਨੇ ਸੀ। ਉਹ ਜਦੋਂ ਮਤਲਬ ਹੁਣ ਇੱਥੇ ਮਤਲਬ ਲਗਾਤਾਰ SSB ਨਾਲ, ਮੈਂ ਵੀ ਉਦੋਂ ਮੀਟਿੰਗ ਦੇ ਵਿੱਚ ਸੀ ਜਦੋਂ ਪਹਿਲਾਂ 13 ਤਰੀਕ ਨੂੰ ਇੱਥੇ SSB ਦਫ਼ਤਰ ਦਾ ਘਿਰਾਓ ਕੀਤਾ ਗਿਆ, ਉਦੋਂ SSB ਨੇ ਮਤਲਬ ਇਹ ਕਿਹਾ ਵੀ ਮੰਗਲਵਾਰ ਤੇ 18 ਤਰੀਕ ਨੂੰ ਬੰਦੇ ਤੁਹਾਡੇ ਛੱਡ ਦਿੱਤੇ ਜਾਣਗੇ। ਮੈਂ ਉਸ ਮੀਟਿੰਗ ਦੇ ਵਿੱਚ ਸੀਗਾ ਜੀ, ਸਾਡੇ ਸਾਹਮਣੇ ਗੱਲ ਹੋਈ ਆ, ਪਰ ਉਹ ਪਤਾ ਨਹੀਂ ਕਿਹੜੇ ਦਬਾਅ ਕਰਕੇ ਮਤਲਬ ਉਹ ਨਹੀਂ ਬੰਦੇ ਅੱਜ ਤੇ ਛੱਡੇ ਨਹੀਂ। ਉਸ ਤੋਂ ਬਾਅਦ ਮਜ਼ਦੂਰ ਯੂਨੀਅਨ ਨੇ 25 ਤਰੀਕ ਨੂੰ ਜਿਹੜਾ ਐਲਾਨ ਕਰਕੇ
ਪੱਕਾ ਮੋਰਚਾ ਜਿਹੜਾ ਐਸਐਸਪੀ ਦਫ਼ਤਰ ਲਾਇਆ ਆ। ਅਸੀਂ ਜਥੇਬੰਦੀ ਵੱਲੋਂ ਲਗਾਤਾਰ ਰੋਜ਼ ਸਾਡੀ ਕਿਰਤੀ ਸਾਂਝ ਨੂੰ ਆਉਂਦੀ ਆ। ਅੱਜ ਜਿਹੜਾ ਸੰਯੁਕਤ ਮੋਰਚੇ ਵੱਲੋਂ ਸਾਥੀ ਬਲਵਿੰਦਰ ਸਿੰਘ ਜੀ ਮੱਲੀ ਨਗਲ ਜਿਹੜੇ ਉਹ ਸੰਯੁਕਤ ਮੋਰਚੇ ਦੇ ਆਗੂ ਆ ਉਹ ਜਥੇਬੰਦੀਆਂ ਨੇ ਭੇਜੇ ਆ। ਉਸ ਤੋਂ ਬਾਅਦ 5 ਤਰੀਕ ਨੂੰ ਜਿਹੜੀ ਆ ਸੰਯੁਕਤ ਮੋਰਚੇ ਦੀ ਮੀਟਿੰਗ ਹੋ ਰਹੀ ਆ, ਅਸੀਂ ਉਹਦੇ ਵਿੱਚ ਮੰਗ ਲੈ ਕੇ ਜਾਵਾਂਗੇ ਤੇ ਇਹ ਜਿਹੜੀ ਆ ਲੜਾਈ ਹੈ ਪੰਜਾਬ ਪੱਧਰ ਦੀ ਬਣੇਗੀ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹਨਾਂ ਨੂੰ ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਵੀ ਭਗਵੰਤ ਮਾਨ ਅਸੀਂ ਕਿਹੜੀਆਂ ਵੋਟਾਂ ਲੈਣੀਆਂ। ਧੱਕਾ ਮੁੱਕੀ ਹੋਈ ਦੇਖੋ, ਅਸੀਂ ਤਾਂ ਸਿਰਫ ਇਸ ਐਮ ਪੀ ਨੂੰ ਕਿਤੇ ਚੱਕ ਕੇ ਲੈਣ ਆਪਣੀ ਗੱਲ ਦੱਸਣ ਆਏ ਸੀ, ਪਰ ਉਹ ਪੁਲਿਸ ਨੇ ਦੇਖੋ ਧੱਕਾ ਮੁੱਕੀ ਬੈਰੀਅਰ ਲਾ ਤੇ ਅਸੀਂ ਜੇ ਲੋਕ ਨੁਮਾਇੰਦਿਆਂ ਨੂੰ ਮਿਲ ਹੀ ਨਹੀਂ ਸਕਦੇ। ਭਗਵੰਤ ਮਾਨ ਤਾਂ ਖੁਦ ਸੀ ਵੀ ਤੁਸੀਂ ਸਾਡੇ ਐਮ ਐਲ ਏ ਨੂੰ ਐਮ ਪੀਆਂ ਨੂੰ ਆਪਣੀ ਗੱਲ ਰੱਖ ਸਕਦੇ, ਸਵਾਲ ਕਰ ਸਕਦੇ ਆ। ਹੁਣ ਤਾਂ ਹੋਰ ਵੀ ਗਾਂਹ ਗਿਆ ਸੀ ਕਿਉਂਕਿ ਤੁਸੀਂ ਸਾਰੇ ਚੈਨਲ ਵਾਲੇ ਦਿਖਾ ਰਹੇ ਹੋ ਵੀ ਜੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਇਹਨਾਂ ਦੇ ਡਲੇ ਮਾਰੋ, ਪਰ ਹਾਲੇ ਤਾਂ ਲੋਕਾਂ ਨੇ ਸਵਾਲ ਹੀ ਕੀਤੇ ਆ, ਇਹ ਸਵਾਲਾਂ ਤੋਂ ਵੀ ਭੱਜਦੇ ਆ। ਅਸੀਂ ਮਤਲਬ ਇਹ ਦੱਸਦੇ ਹਾਂ ਵੀ ਜੇ ਅਸੀਂ ਜਿਹੜਾ ਲੋਕਾਂ ਨੇ ਇਹ ਗੱਲ ਕਿਹਾ ਸੀ ਵੀ ਦਿੱਲੀ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲੱਗਦੇ ਸੀ ਵੀ ਹੁਣ ਕਿਉਂ ਨਹੀਂ ਲੱਗਦੇ, ਆ ਅਸਲੀ ਅਮਲੀ ਜਾਮਾ ਦੇਣ ਲਈ ਅਸੀਂ ਲਗਾਤਾਰ ਆ ਰਹੇ ਹਾਂ। ਅਸੀਂ ਮੋਹਰੇ ਹੋ ਕੇ ਲੜ ਰਹੇ ਹਾਂ, ਚਾਹੇ ਪਰਚੇ ਹੋਣ ਚਾਹੇ ਜੇਲ੍ਹਾਂ ਜਾਣਾ ਪਵੇ, ਅਸੀਂ ਲਗਾਤਾਰ ਜਾਵਾਂਗੇ। ਅਸੀਂ ਮਜ਼ਦੂਰਾਂ ਦੇ ਮੋਹਰੇ ਹੋ ਕੇ ਲੜਾਂਗੇ ਜਿੰਨਾ ਚਿਰ ਰਿਹਾਈ ਨਹੀਂ ਹੁੰਦੀ ਤੁਹਾਡੇ ਮੀਡੀਆ ਵਾਲੇ ਸਾਥੀਆਂ ਦਾ, ਕਿਉਂਕਿ ਜੇ ਅਸੀਂ ਦਿੱਲੀ ਅੰਦੋਲਨ ਜਿੱਤਿਆ ਤਾਂ ਵੀ ਤੁਹਾਡੇ ਮੀਡੀਆ ਸਿਰ ਤੇ ਜਿੱਤਿਆ, ਜੇ ਅੱਜ ਅੰਦੋਲਨ ਜਿੱਤਾਂਗੇ ਤਾਂ ਵੀ ਤੁਹਾਡੇ ਮੀਡੀਆ ਸਿਰ ਤੇ ਜਿੱਤਾਂਗੇ। ਇਸ ਕਰਕੇ ਤੁਸੀਂ ਸਾਡੇ ਬੱਚੇ ਹੋ, ਸਾਡੀ ਕਵਰ ਕਰ ਰਹੇ ਹਾਂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਮੇਰਾ ਨਾਮ ਸੰਤੋਖ ਸਿੰਘ ਸੰਧੂ ਆ, ਮੈਂ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਕਮੇਟੀ ਮੈਂਬਰ ਆ ਤੇ ਸੰਯੁਕਤ ਮੋਰਚੇ ਦੇ ਅਸੀਂ ਮੈਂਬਰ ਆ। ਇਸ ਕਰਕੇ ਅਸੀਂ ਆਪਣੀ ਜਥੇਬੰਦੀ ਵੱਲੋਂ ਅਸੀਂ ਅੱਜ ਆਏ ਆ ਤੇ ਲਗਾਤਾਰ ਆਉਂਦੇ ਰਹਾਂਗੇ। ਧੰਨਵਾਦ। ਸਰ ਮੇਰਾ ਨਾਮ ਕਿਰਨਜੀਤ ਕੌਰ, ਮੈਂ ਪਿੰਡ ਮਜ਼ਦੂਰ ਯੂਨੀਅਨ ਜ਼ਿਲ੍ਹਾ ਨਵਾਂਸ਼ਹਿਰ। ਦੇਖੋ ਜੀ, ਗੱਲਬਾਤ ਇਹ ਹੋਈ ਹੈ ਵੀ ਸਾਡੇ ਜਿਹੜੇ ਸਾਥੀ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਨੇ ਜਿਹੜੇ ਅੰਦਰ ਕੀਤੇ ਹੋਏ ਹੈਗੇ ਆ, ਜਦੋਂ ਇਹਨਾਂ ਨੂੰ ਜਿਹੜੇ ਸਾਡੇ ਸਾਥੀ ਇਹਨਾਂ ਨੇ ਐਮਐਲਏ ਨੂੰ ਸਵਾਲ ਕੀਤੇ ਤਾਂ ਉਸ ਦੇ ਉੱਪਰ ਸਾਡੇ ਸਾਥੀਆਂ ਨੂੰ ਜਿਹੜਾ ਇਹਨਾਂ ਨੇ ਪਰਚੇ ਕਰਕੇ ਅੰਦਰ ਕੀਤਾ ਹੋਇਆ। ਇਸੇ ਦੌਰਾਨ ਅਸੀਂ ਜਿਹੜਾ ਆ ਅੱਜ ਆਪਣੇ ਆਪ ਨੂੰ ਦਲਿਤ ਆਗੂ ਦਲਿਤਾਂ ਦੇ ਜਿਹੜੇ ਮਸੀਹਾ ਕਹਾਉਂਦੇ ਆ ਰਾਜ ਕੁਮਾਰ ਚੱਬੇਵਾਲ, ਉਹਨਾਂ ਦੇ ਘਰ ਦਾ ਅਸੀਂ ਘਰਾਓ ਰੱਖਿਆ ਸੀ। ਇਸ ਦੇ ਦੌਰਾਨ ਸਾਡੇ ਜਿਹੜੇ ਆ ਔਰਤਾਂ ਦੇ ਉੱਪਰ ਜਿਹੜਾ ਇਹਨਾਂ ਨੇ ਲਾਠੀ ਚਾਰਜ ਕੀਤਾ ਗਿਆ। ਇਹਨਾਂ ਦੀਆਂ ਪੁਲਿਸ ਕਰਮਚਾਰੀ ਜਿਹੜੀਆਂ ਔਰਤਾਂ ਸੀ ਉਹਨਾਂ ਨੇ ਸਾਡੀਆਂ ਮਜ਼ਦੂਰ ਔਰਤਾਂ ਨੂੰ ਜਿਹੜਾ ਗਲਤ ਸ਼ਬਦਾਵਲੀ ਬੋਲੀ ਹੈਗੀ ਆ ਔਰ ਸਾਡੇ ਉੱਪਰ ਜਿਹੜਾ ਲਾਠੀ ਚਾਰਜ ਕੀਤਾ ਹੋਇਆ। ਅਸੀਂ ਇਹ ਮੰਗ ਕਰਦੇ ਹਾਂ ਵੀ ਸਾਡੇ ਜਿਹੜੇ ਸਾਥੀ ਇਹਨਾਂ ਨੇ ਅੰਦਰ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੀ ਪੁਲਿਸ ਆਗੂ ਨੇ ਸਾਡੇ ਦੇ ਉੱਪਰ ਛੱਡੀਆਂ ਔਰਤਾਂ ਨੂੰ ਗਲਤ ਸ਼ਬਦਾਵਲੀ ਬੋਲੀ ਹੈਗੀ ਆ ਉਹ ਜਿਹੜੀ ਔਰਤ ਦੇ ਉੱਪਰ ਜਿਹੜਾ ਪਰਚਾ ਹੋਣਾ ਚਾਹੀਦਾ ਆ ਔਰ ਨਹੀਂ ਜੇ ਪਰਚਾ ਨਹੀਂ ਕਰਨਾ ਹੈਗਾ ਤਾਂ ਸਾਡੀ ਜਿਹੜੀ ਆ ਸਟੇਜ ਚੱਲਦੀ ਆ ਸਟੇਜ ਤੇ ਆ ਕੇ ਉਹ ਮਾਫੀ ਮੰਗੇ, ਨਹੀਂ ਤਾਂ ਫਿਰ ਅਸੀਂ ਜਿਹੜਾ ਪਰਚਾ ਜਿਹੜਾ ਉਸ ਔਰਤ ਤੇ ਕਰਵਾਵਾਂਗੇ। ਲੱਗਦਾ ਨਹੀਂ ਪਹਿਲਾਂ ਸੱਤਾ ਚੋਣ ਤੋਂ ਪਹਿਲਾਂ ਇਹ ਆਮ ਆਦਮੀ ਪਾਰਟੀ ਸਰਕਾਰ ਤੇ ਵਾਅਦੇ ਵੱਡੇ ਕਰ ਰਹੀ ਕੋਈ ਲਾਠੀ ਚਾਰਜ ਨਹੀਂ ਕਿਸੇ ਭੈਣ ਤੇ ਜਿਹੜੇ ਪ੍ਰਾਪਤ ਹੋਏ ਹੋ। ਬਿਲਕੁਲ ਬਿਲਕੁਲ ਸਰ, ਇਹ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਕਹਿੰਦੀ ਸੀ ਵੀ ਅਸੀਂ ਜਿਹੜਾ ਆ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਆਊਗੀ ਤਾਂ ਕਿਸੇ ਵੀ ਧੀ ਭੈਣ ਦੀ ਜਿਹੜੀ ਆ ਚੁੰਨੀ ਨਹੀਂ ਰੁਲੂਗੀ, ਕਿਸੇ ਵੀ ਵੀਰ ਦੀ ਜਿਹੜੀ ਪੱਗ ਉਹ ਨਹੀਂ ਉਤਰੂਗੀ, ਕਿਸੇ ਵੀ ਵਿਅਕਤੀ ਦੇ ਜਿਹੜਾ ਲਾਠੀ ਚਾਰਜ ਨਹੀਂ ਹੋਊਗਾ। ਪਰ ਤੁਸੀਂ ਜਿਹੜਾ ਬਦਲਾਅ ਦਾ ਜਿਹੜਾ ਨਜ਼ਾਰਾ ਦੇਖ ਸਕਦੇ ਆ ਦਲਿਤਾਂ ਦੇ ਉੱਪਰ ਜਿਹੜਾ ਮਜ਼ਦੂਰਾਂ ਦੇ ਉੱਪਰ ਕਿਸ ਤਰੀਕੇ ਨਾਲ ਜਿਹੜਾ ਲਾਠੀ ਚਾਰਜ ਕੀਤਾ ਗਿਆ ਆ, ਉਹਨਾਂ ਦੀਆਂ ਔਰਤਾਂ ਨੂੰ ਜਿਹੜਾ ਆ ਕੁੱਟਿਆ ਗਿਆ, ਮਾਰਿਆ ਗਿਆ, ਘੜੀਸਿਆ ਗਿਆ, ਇਸ ਤਰੀਕੇ ਨਾਲ ਬਹੁਤ ਗੰਦੀ ਜਿਹੜੀ ਸ਼ਬਦਾਵਲੀ ਵੀ ਉਹਨਾਂ ਨੇ ਸਾਡੀਆਂ ਔਰਤਾਂ ਲਈ ਵਰਤੀ ਹੈਗੀ ਆ। ਇਹ ਜਿਹੜਾ ਅਸਲੀ ਜਿਹੜਾ ਬਦਲਾਅ ਹੈਗਾ, ਕਿਉਂਕਿ ਜਦੋਂ ਭਗਵੰਤ ਮਾਨ ਸਰਕਾਰ ਸੱਤਾ ਦੇ ਵਿੱਚ ਨਹੀਂ ਆਈ ਸੀ ਉਸ ਤੋਂ ਪਹਿਲਾਂ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜਦੋਂ ਅਕਾਲੀ ਕਾਂਗਰਸੀ ਤੁਹਾਡੇ ਘਰਾਂ ਦੇ ਵਿੱਚ ਆਉਂਦੇ, ਤੁਹਾਡੇ ਵਿਹੜਿਆਂ ਦੇ ਵਿੱਚ ਆਉਂਦੇ ਹੈਗੇ ਆ ਤਾਂ ਤੁਸੀਂ ਉਹਨਾਂ ਨੂੰ ਸਵਾਲ ਕਰੋ, ਤੇ ਇਹੀ ਸਵਾਲ ਜਦੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਹੋਏ ਤਾਂ ਉਹਨਾਂ ਨੇ ਬਦਲੇ ਦੇ ਵਿੱਚ ਆ ਕੇ ਹੱਥੋਂ ਪਾਈ ਕੀਤੀ ਸਾਡੇ ਆਗੂਆਂ ਦੇ ਨਾਲ ਤੇ ਸਾਡੇ ਜਿਹੜੇ ਆਗੂ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਡੱਕੇ ਹੋਏ ਹੈਗੇ ਆ।
we at GNA University see potential in everyone and everything around us. We drive innovation and entrepreneurship. We groom competent global citizens to effect positive change around them.